ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਮਿੰਟੂ ਜੀ ਵੈਲਕਮ, ਸਵਾਗਤ ਜੀ ਆਨੂੰ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ, ਠੀਕ ਠਾਕ ਹੋ? ਹਾਂਜੀ। ਦੋ ਚਰਚਿਤ ਪੱਤਰਕਾਰਾਂ ਦੇ ਮਾਮਲੇ ਸੁਪਰੀਮ ਕੋਰਟ ਦੇ ਵਿੱਚ ਨੇ, ਕੀ ਕਹਿਣਾ ਚਾਹੋਗੇ? ਹਾਂਜੀ, ਦੇਖੋ ਅੱਜ ਜ਼ੁਬਰ ਦੇ ਮਾਮਲੇ 'ਚ ਸੁਣਵਾਈ ਹੋਵੇਗੀ ਸੁਪਰੀਮ ਕੋਰਟ ਦੇ। ਇੱਥੇ ਬੜਾ ਮਾਮਲਾ ਇਸ ਵੇਲੇ ਇੰਟਰਨੈਸ਼ਨਲ ਲੈਵਲ ਤੇ ਵੀ ਲਿਖਿਆ ਜਾ ਰਿਹਾ, ਵਾਚ ਲਿਆ ਜਾ ਰਿਹਾ। ਬੇਸਿਕਲੀ ਪੱਤਰਕਾਰ ਜ਼ੁਬੇਰ ਆਲਟ ਨਿਊਜ਼ ਚਲਾਉਂਦੇ ਆ। ਆਲਟ ਨਿਊਜ਼ ਇੱਕ ਐਸੀ ਵੈਬਸਾਈਟ ਆ ਕਿ ਜਿੱਥੇ ਫੈਕਟ ਚੈੱਕ ਦਾ ਕੰਮ ਕੀਤਾ ਜਾਂਦਾ। ਫੈਕਟ ਚੈੱਕ ਮਾਨੇ ਕਿ ਸੱਚ ਕੀ ਹੈ, ਝੂਠ ਕੀ ਹੈ। ਉਸ ਤੋਂ ਬਾਅਦ ਫਿਰ ਇਹਦੇ ਤੇ ਇੱਕ ਮਾਮਲਾ ਦਰਜ ਹੋਇਆ ਸੀਗਾ। ਮਾਮਲਾ ਦਰਜ ਇੱਕ ਟਵਿੱਟਰ ਅਕਾਊਂਟ ਤੋਂ ਕੰਪਲੇਂਟ ਦਾ ਸੀਗਾ ਕਿ ਇਹਨੇ ਕੋਈ 4 ਸਾਲ ਪਹਿਲਾਂ ਟਵੀਟ ਕੀਤਾ ਸੀਗਾ, ਕਿਸੇ ਫਿਲਮ ਦੀ ਕੋਈ ਛੋਟੀ ਮੋਟੀ ਕਲਿੱਪ ਪਾਈ ਸੀਗੀ, ਤਾਂ ਉਹਦੇ ਤੋਂ ਹੀ ਮਾਮਲਾ ਦਰਜ ਕੀਤਾ ਗਿਆ, ਇਹਨੂੰ ਚੱਕ ਲਿਆ ਗਿਆ। ਫਿਰ ਇਸ ਤੋਂ ਬਾਅਦ ਦਿੱਲੀ ਹਾਈਕੋਰਟ ਤੱਕ ਇਹਨੇ ਪਹੁੰਚ ਕੀਤੀ, ਇਹਨੂੰ ਬੇਲ ਨਹੀਂ ਮਿਲੀ, ਤਾਂ ਇਸ ਮਗਰੋਂ ਹੁਣ ਜ਼ਮਾਨਤ ਅਰਜ਼ੀ ਤੇ ਸੁਣਵਾਈ ਜਿਹੜੀ ਹੈ ਉਹ ਸੁਪਰੀਮ ਕੋਰਟ ਚ ਹੋਏਗੀ। ਤਾਂ ਦੇਖ ਲਓ ਕਿ ਕਿੱਥੋਂ ਦਾ ਮਾਮਲਾ ਕਿੱਥੇ ਚਲੇ ਗਿਆ। ਬੇਸਿਕਲੀ ਹੋਇਆ ਕੀ ਆ ਕਿ ਜਿਹੜਾ ਨੋਕੁਲ ਸ਼ਰਮਾ ਵਾਲਾ ਮਾਮਲਾ ਹੈ, ਜ਼ੁਬੇਰ ਨੇ ਹੀ ਉਸ ਵੀਡੀਓ ਨੂੰ ਕੱਢ ਲੈਂਦਾ ਸੀ, ਅਦਰਵਾਈਜ਼ ਉਹ ਦੱਬੀ ਗਈ ਸੀਗੀ। ਉਹ ਜਿਹੜਾ ਜਵੇਦ ਸੀਗਾ ਉਹਦਾ ਜਿਹੜਾ ਉਹ ਪੋਰਸ਼ਨ ਸੀ ਉਹ ਕਿਸੇ ਨੇ ਬਾਅਦ ਚ ਦੇਖਿਆ ਨਹੀਂ, ਤਾਂ ਇਹਨਾਂ ਨੇ ਕੱਢੀ। ਹੁਣ ਇਹ ਵੈਸੇ ਕਮਾਲ ਦੀ ਗੱਲ ਆ ਕਿ ਜ਼ੁਬੇਰ ਨੇ 4 ਸਾਲ ਪਹਿਲਾਂ ਕੋਈ ਟਵੀਟ ਕੀਤਾ, ਉਹ ਨਿਕਲ ਆਇਆ, ਇਹਨੂੰ ਅਰੈਸਟ ਕਰ ਲਿਆ, ਤੇ ਜਿਹਦੀ ਸ਼ਿਕਾਇਤ ਸੀਗੀ ਉਹ ਅਰੈਸਟ ਨਹੀਂ ਹੋਈ ਹਾਲੇ ਤੱਕ, ਤੇ ਜ਼ੁਬੇਰ ਅਰੈਸਟ ਹੋ ਗਿਆ ਜਿਹਨੇ ਮਤਲਬ ਕਿ ਉਸ ਮਾਮਲੇ ਨੂੰ ਕੱਢਿਆ, ਜਾਂ ਕਹਿ ਲਓ ਕਿ ਸ਼ਿਕਾਇਤ ਤੱਕ ਇਸ ਮਾਮਲੇ ਨੂੰ ਕੱਢਿਆ। ਇਹ ਜ਼ੁਬੇਰ ਦਾ ਮਾਮਲਾ ਸੁਪਰੀਮ ਕੋਰਟ ਚ ਸੁਣਵਾਈ ਹੋਏਗੀ ਕੱਲ। ਮੇਰੇ ਖਿਆਲ ਦੇ ਨਾਲ ਜਰਮਨ ਨੇ ਬਹੁਤ ਕਰੜੀ ਆਲੋਚਨਾ ਕੀਤੀ ਹੈ ਇਸ ਮਾਮਲੇ ਚ ਇੰਡੀਆ ਦੀ। ਤਾਂ ਇੱਧਰ ਇੱਕ ਹੋਰ ਪੱਤਰਕਾਰ ਦਾ ਮਾਮਲਾ, ਉਹ ਕਾਂਗਰਸ ਨਾਲ ਜੁੜਿਆ, ਰੰਜਨ ਰੋਹਿਤ ਰੰਜਨ ਉਹਨੂੰ ਕਹਿੰਦੇ ਨੇ, ਗਰੁੱਪ ਦਾ ਬਹੁਤ ਜ਼ਬਰਦਸਤ ਪੱਤਰਕਾਰ ਹੈ ਉਹ, ਅੱਜ ਕੱਲ DNA ਕਰਦਾ ਹੈ। ਤਾਂ ਰੋਹਿਤ ਰੰਜਨ ਹੋਰਾਂ ਨੇ ਉਹੀ ਕੰਮ ਕਿ ਇੱਕ ਜਿਹੜੀ ਵੀਡੀਓ ਜਿਹਦੇ ਨਾਲ ਛੇੜਛਾੜ ਹੋਈ ਸੀਗੀ ਰਾਹੁਲ ਗਾਂਧੀ ਦੀ, ਉਹ ਚਲਾ ਦਿੱਤੀ। ਫਿਰ ਪਿੱਛੋਂ ਤੋਂ ਵੀ ਇਹਨਾਂ ਨੇ ਮਾਫ਼ੀ ਵੀ ਮੰਗੀ, ਪਰ ਉਹ ਮਾਫ਼ੀ ਨਾ ਕਾਫ਼ੀ ਸੀ। ਤਾਂ ਉਸ ਤੋਂ ਬਾਅਦ ਕਾਂਗਰਸ ਨੇ ਆਖਿਆ ਕਿ ਹੁਣ ਨਹੀਂ ਬਖਸ਼ਾਂਗੇ, ਜਿਵੇਂ ਪ੍ਰਧਾਨ ਮੰਤਰੀ ਬਾਜੇ ਕਹਿੰਦਾ ਨਹੀਂ ਬਖਸ਼ਣਾ, ਨਹੀਂ ਬਖਸ਼ਣਾ ਅਸੀਂ ਹੁਣ, ਮਤਲਬ ਕਿ ਉਹ ਕਹਿੰਦੇ ਕਿ ਨਹੀਂ ਬਖਸ਼ਣਾ। ਤੇ 6-7 ਸਟੇਟਾਂ ਚ ਇਹਦੇ ਤੇ ਪਰਚਾ ਦਰਜ ਹੋ ਗਿਆ ਸੀ। ਛੱਤੀਸਗੜ੍ਹ ਦੀ ਪੁਲਿਸ ਇਹਨੂੰ ਫੜਨ ਆ ਗਈ, ਇਹਨੇ ਭੱਜ ਕੇ ਯੋਗੀ ਹੋਰਾਂ ਨੂੰ ਟਵੀਟ ਕਰ ਦਿੱਤੇ। UP ਵਾਲੀ ਪੁਲਿਸ ਪਹਿਲਾਂ ਹੀ ਇਹਨੂੰ ਕਵਰ ਕਰ ਚੁੱਕੀ ਸੀ, ਕਹਿੰਦੇ ਕਿ ਆਪਾਂ ਹੀ ਲੈ ਕੇ ਜਾਵਾਂਗੇ, ਤੁਸੀਂ ਨਹੀਂ ਜਾ ਸਕਦੇ। ਇਸ ਤਰ੍ਹਾਂ ਇੱਕ 2 ਸਟੇਟਾਂ ਦੀ ਪੁਲਿਸ ਦੇ ਦਰਮਿਆਨ ਹਲਕੀ ਖਿੱਚਧੂਗੀ ਵੇਖਣ ਨੂੰ ਮਿਲੀ ਕਿ ਇਹ ਸਾਡਾ, ਉਹ ਕਹਿੰਦੇ ਸਾਡਾ। ਇਸ ਤੋਂ ਬਾਅਦ ਹੁਣ ਜਿਹੜੀ ਮਤਲਬ ਕਿ ਜ਼ਮਾਨਤ ਲਈ ਚਾਰਾ ਚਾਹੀ ਹੈ, ਕਿਉਂਕਿ ਕਾਫੀ FIR ਦਾ ਸਾਹਮਣਾ ਕਰ ਰਿਹਾ, ਇਹ 8-10 ਹਜ਼ਾਰ ਨਹੀਂ ਹੈ, ਕਾਫੀ FIR ਨੇ ਇਸ ਮਾਮਲੇ ਦੇ ਵਿੱਚ। ਹੁਣ ਉਹ ਜਿਹੜੀਆਂ FIR ਨੇ, ਉਹ FIR ਨੇ ਜਿਹੜੀਆਂ ਉਹ ਇਸ ਮਾਮਲੇ ਦੇ ਵਿੱਚ ਕਈ ਨੇ, ਤਾਂ ਇਹਨੇ ਵੱਖ ਵੱਖ ਜਿਹੜੀਆਂ ਉਹ FIR ਨੇ ਉਹਨਾਂ ਦੇ ਵਿੱਚ ਬਿਲ ਵਾਸਤੇ ਪਹੁੰਚ ਕੀਤੀ ਆ। ਤਾਂ ਮੇਰੇ ਖਿਆਲ ਦੇ ਨਾਲ ਤਤਕਾਲ ਕਿਹਾ ਕਿ ਮੇਰੀ ਤਤਕਾਲ ਜਿਹੜੀ ਸੁਣਵਾਈ ਹੋਣੀ ਚਾਹੀਦੀ ਹੈ। STF ਦੇ ਮੁਲਾਜ਼ਮ ਹੀ ਪੁਲਿਸ ਨੇ ਗ੍ਰਿਫਤਾਰ ਕੀਤੇ ਨੇ, ਕੀ ਹੈ ਮਾਮਲਾ? ਮਿੰਟੂ ਜੀ, ਹੈਲੋ ਹੈਲੋ, ਹਾਂਜੀ ਹਾਂਜੀ, ਮੇਰਾ ਅਗਲਾ ਕੁਐਸਚਨ ਸੀ STF ਦੇ ਮੁਲਾਜ਼ਮਾਂ ਬਾਰੇ, ਪੁਲਿਸ ਨੇ ਗ੍ਰਿਫਤਾਰ ਕੀਤੇ ਨੇ। ਹਾਂਜੀ, STF ਸਪੈਸ਼ਲ ਟਾਸਕ ਫੋਰਸ ਮਤਲਬ ਕਿ ਨਸ਼ੇ ਦੇ ਮਾਮਲੇ ਤੇ ਕੰਮ ਕਰਦੀ ਹੈ, ਕੁਛ ਹੋਰ ਮਾਮਲਿਆਂ ਦੇ ਵਿੱਚ ਵੀ STF ਬਣ ਜਾਂਦੀ ਹੈ। ਅਸੀਂ ਕੱਲ ਵੀ ਇੱਕ ਖਬਰ ਬੜੀ ਚਰਚਾ ਰਹੀ ਹੈ ਕਿ DSP ਨੂੰ ਅਰੈਸਟ ਕੀਤਾ ਪੁਲਿਸ ਨੇ, ਇੱਕ DIG ਦਾ ਗਲਤ ਪ੍ਰਚਾਰ ਕਰ ਦਿੱਤਾ, ਕਿਉਂ ਵਰਗਾ ਪਰ ਵੀ ਚਰਚਾ ਸਾਰ ਗਿਆ, ਉਹ ਚੱਕ ਕੇ ਬਸ ਖਬਰਾਂ ਕੀਤੀਆਂ ਗਈਆਂ ਜਿਹੜੀਆਂ, ਉਹ ਵੀ ਸੁੱਕਾ ਹੋ ਗਿਆ ਕੰਮ। ਤਾਂ STF ਵੱਲੋਂ ਹੁਣ ਜਿਹੜੇ 2 ਮੁਲਾਜ਼ਮ ਗ੍ਰਿਫਤਾਰ ਕੀਤੇ ਗਏ ਆ, ਇਹ ਵੱਖਰੇ ਆ। ਇਹਦੇ ਚ ਇੱਕ ਕਹਿ ਲਓ ਕਿ ਜਿਹੜੇ ਪੁਲਿਸ ਮੁਲਾਜ਼ਮ ਗ੍ਰਿਫਤਾਰ ਕੀਤੇ ਆ, ਕੋਈ ਇੱਕ ਮਤੌਰ ਦਾ ਥਾਣੇ ਵਿੱਚ ਤੈਨਾਤੀ, ਤੇ ਇੱਕ ਕਿਸੇ ਮਸ਼ਹੂਰ ਪੰਜਾਬੀ ਸਿੰਗਰ ਦੇ ਨਾਲ ਗੱਲ ਮੈਚ। ਸਿੰਗਰ ਅੱਜ ਕੱਲ ਬੜੇ ਚਰਚਾ ਦੇ ਵਿੱਚ ਰਹਿੰਦੇ ਆ। ਤਾਂ ਹੁਣ ਜਿਹੜਾ ਇਹ ਅਰੈਸਟ ਕੀਤਾ ਗਿਆ,
ਉਹ ਕਿਸ ਸਿੰਗਰ ਦਾ ਗਨਮੈਨ ਸੀਗਾ ਇਹ ਹਾਲ ਦੀ ਗੱਲ ਸਪਸ਼ਟ ਨਹੀਂ ਹੈ, ਪਰ ਜਿਹੜਾ ਰੱਬ ਇਹਨਾਂ ਨੇ ਦੇਣਾ ਹੁੰਦਾ ਦੌਰਾ ਮੀਡੀਆ ਨੂੰ ਉਹਦੇ ਵਿੱਚ ਸ਼ਾਇਦ ਇਹਨਾਂ ਨੇ ਸਿੰਗਰ ਦਾ ਜ਼ਿਕਰ ਨਹੀਂ ਕੀਤਾ। ਅਜੇ ਕਰ ਦੇਣਾ ਕਿਹੜਾ ਦਿੱਤੀ ਹੈ ਕਿਹੜਾ ਤੁਸੀਂ ਇਹ ਕਹਿਣ ਲੱਗਾ ਕਿ ਸਿੰਗਰ ਦਾ ਵਿੱਚ ਹਿੱਸਾ ਪੱਤੀ ਹੈ ਡਰਨਾ ਹਰ ਤੋਂ ਜਿਹੜਾ ਕੋਈ ਗਨਮੈਨ ਹੈ ਪਤਾ ਲੱਗੇ ਉਹਨੂੰ ਤਾਂ ਪਤਾ ਲੱਗੇ ਹਾਂ ਵੀ ਕਿਹੋ ਜਿਹੇ ਹੁੰਦੇ ਇਹਨੂੰ ਲਈ ਫਿਰਦਾ ਨਾਲ। ਇਹ ਮਾਮਲਾ ਕਿ ਰਿਸ਼ਵਤ ਲੈ ਕੇ ਇਹਨਾਂ ਨੇ ਨਸ਼ਾ ਤਸਕਰ ਨੂੰ ਛੱਡਿਆ ਸੀਗਾ ਤੇ ਫਿਰ ਝੂਠੇ ਕੇਸ ਚ ਫਸਾਉਣ ਦੀ ਧਮਕੀ ਦਾ ਵੀ ਦੋਸ਼ ਆ। ਤਾਂ ਇਹ ਉਹ ਠੀਕ ਵੈਸਾ ਹੀ ਮਾਮਲਾ ਜਿਵੇਂ ਮੈਂ ਕਿਹਾ ਕਿ ਕੱਲ ਇੱਕ ਡੀਐਸਪੀ ਅਰੈਸਟ ਹੁੰਦਾ ਹੈ ਫਰੀਦਕੋਟ ਦੇ ਵਿੱਚ, ਪਹਿਲਾਂ ਵੀ ਸੀਆਈ ਛਾਪ ਤੇ ਜਾ ਲਿਆ ਫਿਰ ਡੀਐਸਪੀ ਬਣਿਆ ਫਿਰ ਫਰੀਦਕੋਟ ਆ ਗਿਆ, ਉਹਦੇ ਤੇ ਵੀ ਇਹੋ ਦੋਸ਼ ਹੈ ਕਿ ਉਹਨੇ ਵੀ ਮਾਝੇ ਦੇ ਵਿੱਚ ਇੱਕ ਤਸਕਰ ਤੋਂ ਮੋਟੀ ਰਿਸ਼ਵਤ ਲੈ ਕੇ ਕਥੇ ਤੌਰ ਤੇ ਤੇ ਉਹ ਮਾਮਲਾ ਰਫਾ ਦਫਾ ਕਰ ਦਿੱਤਾ। ਤਾਂ ਇੱਥੇ ਵੀ ਹੁਣ ਮਾਮਲਾ ਕੁਛ ਵੈਸਾ ਹੀ ਹੈ, ਮਾਮਲਾ ਕੁਛ ਵੈਸਾ ਹੀ ਹੈ ਕਿ ਇਹ ਗੁਪਤ ਸੂਚਨਾ ਦੇ ਆਧਾਰ ਤੇ ਇਹਨਾਂ ਨੂੰ ਦੋਵੇਂ ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ, ਹੁਣ ਵੀ ਫੜੀ ਗਈ ਇਹਨਾਂ ਤੋਂ ₹19,000 ਜੋੜਾ ਲਿਆ ਰਿਸ਼ਵਤ ਦਾ ਉਹ ਵੀ ਫੜਿਆ ਗਿਆ ਵਰਚਾ ਦਰਜ ਹੋ ਗਿਆ। ਤਾਂ ਇਹਦਾ ਮਤਲਬ ਹੈ ਕਿ ਨਾ ਸਿਰਫ ਨਸ਼ਾ ਵੇਚ ਰਹੇ ਸੀ ਜਾਂ ਯੂਜ਼ ਕਰ ਰਹੇ ਸੀਗੇ ਕੰਜ਼ਿਊਮ ਕਰ ਰਹੇ ਹੋਣ, ਸ਼ਾਇਦ ਇਹ ਵੀ ਹੋ ਸਕਦਾ ਖੰਡੇ ਪਿੰਡੇ ਵੀ ਆਉਣ, ਬਲਕਿ ਜਿੱਦਾਂ ਕਹਿ ਲਓ ਕਿ ਪੈਸੇ ਲੈ ਕੇ ਛੱਡ ਵੀ ਰਹੇ ਸੀ ਬੰਦਿਆਂ। ਪਹਿਲੀ ਗੱਲ ਹੈ ਕਿ ਸਿੰਗਰ ਦਾ ਜਿਹੜਾ ਗਨਮੈਨ ਹੈ ਉਹ ਕਾਹਤੋਂ ਬੰਦਿਆਂ ਨੂੰ ਮਾਰਨ ਜਾ ਕੇ ਵਰਤਣ ਵਾਲੀ ਗੱਲ ਹੈ, ਉਹਦੀ ਕੋਈ ਡਿਊਟੀ ਨੀ ਹੈਗੀ, ਉਹਦੀ ਕੋਈ ਡਿਊਟੀ ਨੀ ਬਣਦੀ। ਉਹ ਠੀਕ ਹੈ ਕਿ ਜੇ ਉਸਨੂੰ ਕੋਈ ਇਨਪੁਟ ਮਿਲਦਾ ਹੈ ਤੇ ਉਹ ਅੱਗੇ ਆਪਣੇ ਅਫਸਰਾਂ ਨੂੰ ਕਨਵੇ ਕਰ ਸਕਦਾ, ਉਹਨਾਂ ਨੂੰ ਗਾਂ ਉਹ ਸੂਚਨਾ ਪ੍ਰਦਾਨ ਕਰ ਸਕਦਾ, ਪਰ ਕੋਈ ਇਸ ਤਰ੍ਹਾਂ ਕਿਸੇ ਦਾ ਬੋਡੀਗਾਰਡ ਹੈ ਜਿਹੜਾ ਉਹ ਆਪਣੇ ਤੌਰ ਤੇ ਛੇਮਾਰੀਆਂ ਨਹੀਂ ਕਰ ਸਕਦਾ। ਇਹਦਾ ਮਤਲਬ ਇਹ ਹੈ ਕਿ ਜਗਾੜ ਹੀ ਚੱਲਦਾ ਪਿਆ ਸੀ, ਕੁਕਲੀ ਜਗਾੜ ਸੀਗਾ ਮਾਮਲਾ ਨਗਰ ਮੋਹਾਲੀ ਦਾ, ਜਿਹੜਾ ਕਿ ਆਪਾਂ ਕਹਿ ਸਕਦੇ ਕਿ ਬੜਾ ਇਸ ਵੇਲੇ ਮਸ਼ਹੂਰ ਸ਼ਹਿਰ ਹੈ ਮੋਹਾਲੀ, ਚੰਡੀਗੜ੍ਹ ਤੋਂ ਬਾਅਦ ਪੰਜਾਬੀਆਂ ਦੀ ਦੂਸਰੀ ਪਸੰਦ ਮੋਹਾਲੀ। ਮੋਹਾਲੀ ਦੇ ਵਿੱਚ ਸਾਰਾ ਕੁਛ ਚੱਲਦਾ ਪਿਆ, ਤੁਸੀਂ ਦੇਖ ਲਓ ਕਿ ਕਿੱਡਾ ਵੱਡਾ ਇਸ ਵੇਲੇ ਦਾਗ ਖਾਕੀ ਪਿਆ ਕਿ ਇੱਕੋ ਦਿਨ ਡੀਐਸਪੀ ਵੀ ਫੜਿਆ ਜਾਂਦਾ ਤਾਂ ਇਹਨਾਂ ਦੇ ਐਸਟੀਐਫ ਦੇ ਜੀ। ਦੋਸਤੋ ਸਾਡੇ ਸ਼ਹਿਰ ਦੇ ਵਿੱਚ ਇੱਕ ਬਹੁਤ ਸੀਨੀਅਰ ਜਿਹੜਾ ਹੈ ਆਦਮੀ ਅਰੈਸਟ ਹੋਇਆ, ਮਿਊਜ਼ਿਕ ਅਕੈਡਮੀ ਚਲਾਉਂਦੇ ਨੇ ਉਹ, ਔਰ ਜੀ ਉਮਰ ਉਹਨਾਂ ਦੀ ਵੇਖੀਏ ਤਾਂ 70-71 ਸਾਲ ਤੋਂ ਉੱਤੇ ਹੈ, ਅਤੇ ਮੈਂ 17-18 ਸਾਲ ਦੀ ਇੱਕ ਲੜਕੀ ਦੇ ਨਾਲ ਛੇੜਛਾਨੀ ਕਰਨ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸੋ ਉਹਦੀ ਡਿਟੇਲ ਅਸੀਂ ਉਹਨਾਂ ਕੋਲ ਉਹਦਾ ਪੱਖ ਜਾਣਨ ਤੋਂ ਬਾਅਦ ਤੁਹਾਡੇ ਨਾਲ ਪੂਰੀ ਖਬਰ ਜਿਹੜੀ ਹੈ ਸਾਂਝੀ ਕਰਾਂਗੇ, ਪਰੰਤੂ ਵੈਸੇ ਚਰਚਾ ਬਟੇ ਰਹੀ ਹੈ ਖਬਰ ਸੋਸ਼ਲ ਨੈਟਵਰਕ ਮੀਡੀਆ ਦੇ ਵੀ ਉੱਤੇ, ਸੁਣਦੇ ਜਾ ਰਹੇ ਹੋ ਦੇਖਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਮਿੱਤੂ ਜੀ ਪਿਛਲੇ ਦਿਨੀ ਜਦੋਂ ਮੈਂ ਪੰਜਾਬ ਦੇ ਵਿੱਚ ਸਾਂ ਉਦੋਂ ਹਾਂਜੀ ਬੜਾ ਇੱਕ ਵੱਡਾ ਬਾਡੀ ਦਾ ਯੋਧਾ ਜਿਹੜਾ ਸੀ ਉਸਨੂੰ ਜਿਹੜਾ ਸੀਗਾ ਨਿਹੱਥੇ ਕੁਝ ਲੋਕਾਂ ਨੇ ਆ ਕੇ ਉਹਦਾ ਕਤਲ ਕੀਤਾ, ਹਾਂਜੀ ਸੰਦੀਪ ਨੰਗਲ ਅੰਬੀਆਂ ਚਰਿਆ, ਅੱਜ ਤੱਕ ਕੁਛ ਪਤਾ ਨਹੀਂ ਲੱਗ ਸਕਾ ਕੌਣ ਸੀ ਲੋਕ ਕਿਵੇਂ ਸੀ ਉਹ, ਗ੍ਰਿਫਤਾਰੀਆਂ ਕੀ ਹੋਈਆਂ, ਕੇਸ ਦਾ ਕੀ ਬਣਿਆ, ਵਿਦੇਸ਼ਾਂ ਨਾਲ ਤਾਰਾਂ ਜੁੜਦੀਆਂ ਰਹੀਆਂ, ਉੱਥੇ ਅਖਬਾਰਾਂ ਭਰੀਆਂ ਪਈਆਂ ਮੈਂ ਪੜ੍ਹੀਆਂ, ਪਰ ਲੈਂਦੇ ਤੇ ਚੜ੍ਹਦੇ ਪੰਜਾਬ ਦੇ ਵਿੱਚ, ਕਿਉਂਕਿ ਪੰਜਾਬੀਆਂ ਦੀ ਇਹ ਢਿੱਡੋ ਜਿਹੀ ਖੇਡ ਹੈ, ਪੰਜਾਬ ਦੇ ਵਿੱਚ ਕਬੱਡੀ ਖੇਡੀ ਜਾਂਦੀ ਹੈ, ਕਿਤੇ ਨਾ ਕਿਤੇ ਕੋਈ ਨਾ ਕੋਈ ਮਾੜੀ ਮੋਟੀ ਕੌਡੀ ਕੌਡੀ ਤਾਂ ਹਰ ਕਿਸੇ ਨੇ ਕੀਤੀ ਹੈ, ਪਰ ਇਹ ਕੌਡੀ ਕੌਡੀ ਤਾਂ ਹੁਣ ਠਾਹ ਠਾਹ, ਪਰ ਆਹ ਜਿਹੜੀ ਲੈਂਦੇ ਪੰਜਾਬ ਵਾਲੀ ਠਾਹ ਠਾਹ ਹੈ, ਇੱਥੇ ਕੁਝ ਰੰਗ ਹੋਰ ਹੈ ਖਬਰ, ਵੈਸੇ ਅਸੀਂ ਸਾਂਝੀ ਕੀਤੀ ਹੈ ਪਰ ਤੁਹਾਡਾ ਨਜ਼ਰੀਆ ਜਾਣਨਾ ਚਾਹੁੰਦੇ ਹਾਂ, ਕੀ ਕਹਿਣਾ ਚਾਹੋਗੇ। ਇੱਕ ਹੋਰ ਕਹਿੰਦੇ ਗੁਰਦਾਸਪੁਰ ਤੋਂ ਵੀ ਖਬਰ ਆ ਰਹੀ ਹੈ, ਹਾਂਜੀ ਉਹਨਾਂ ਸ਼ੂਟਰਾਂ ਤੋਂ ਬਾਅਦ ਹੀ ਉਹ ਨਾਮ ਸਾਹਮਣੇ ਆਏ ਸਨ ਕੁਛ ਵਿਦੇਸ਼ੀ ਬੰਦਿਆਂ ਦੇ, ਸ਼ੂਟਰ ਅਰੈਸਟ ਕਰ ਲਏ ਸੀ ਦਿੱਲੀ ਪੁਲਿਸ ਨੇ ਜੀ ਜੀ, ਜਿਹਨਾਂ ਨੇ ਗੋਲੀ ਮਾਰੀ ਸੀ, ਉਹਨਾਂ ਚੋਂ ਦੋ ਦਿੱਲੀ ਪੁਲਿਸ ਨੇ ਫੜ ਲਏ ਸੀ ਤੇ ਇੱਕ ਦੋ ਨੂੰ ਜਾ ਕੇ ਪੰਜਾਬ ਪੁਲਿਸ ਨੇ ਫੜਿਆ ਸੀ ਯੂਪੀ ਦੇ। ਹਾਂਜੀ ਹਾਂਜੀ, ਸੋ ਇਹ ਮਤਲਬ ਕਿ ਮੈਂ ਤੁਹਾਨੂੰ ਅਪਡੇਸ਼ਨ ਦੇ ਦੇਵਾਂ। ਰਹੀ ਗੱਲ ਇਹ ਜਿਹੜੀ ਮਤਲਬ ਕਿ ਲਹਿੰਦੇ ਤੇ ਚੜ੍ਹਦੇ ਪੰਜਾਬ ਦੀ ਆ, ਲਹਿੰਦੇ ਪੰਜਾਬ ਚ ਵੀ ਇੱਕ ਬਹੁਤ ਤਗੜਾ ਪਲੇਅਰ ਮਾਰਿਆ ਵਿਕਾਸ ਗੁੱਜਰ। ਹਾਂਜੀ ਹਾਂਜੀ, ਵਿਕਾਸ ਗੁੱਜਰ ਨੂੰ ਉਹਦੇ ਭੂਆ ਦੇ ਮੁੰਡੇ ਨੇ ਮਾਰਿਆ, ਬਿਲਕੁਲ ਸਹੀ, ਉਹ ਮਤਲਬ ਕਿ ਉਹਦੀ ਭੈਣ ਦੇ ਨਾਲ ਉਹਨੇ ਸ਼ਾਦੀ ਕੀਤੀ ਸੀ ਘਰੋਂ, ਮਤਲਬ ਕਿ ਜਿੱਦਾਂ ਕਹਿ ਲਓ ਰਜ਼ਾਮੰਦਗੀ ਤੋਂ ਬਗੈਰ, ਤਾਂ ਉਹ ਇੱਕ ਤਰ੍ਹਾਂ ਨਾਲ ਓਨਰ ਕਿਲਿੰਗ ਵੀ ਹੈ, ਕੱਲੀ ਕਬੱਡੀ ਦੇ ਖਿਡਾਰੀ ਦੀ ਕਿਲਿੰਗ ਨੀ, ਉਹ ਓਨਰ ਕਿਲਿੰਗ ਨਾਲ ਓਨਰ ਕਿਲਿੰਗ ਆ, ਤੇ ਅਣਖ ਵਾਸਤੇ ਜਾ ਕੇ ਕਤਲ ਕੀਤਾ ਗਿਆ। ਪਰ ਬਹੁਤ ਮਾੜੀ ਗੱਲ ਹੈ, ਕਤਲ ਤਾਂ ਕਤਲ ਹੈ, ਔਰ ਉਸ ਤੋਂ ਵੀ ਮਾੜੀ ਗੱਲ ਹੈ ਕਿ ਇੱਕ ਕਬੱਡੀ ਖਿਡਾਰੀ ਨੂੰ ਗਰਾਊਂਡ 'ਚ ਮਾਰ ਦੇਣਾ, ਤੇ ਬਾਕੀ ਇੱਧਰ ਸਾਡੇ ਵਾਲੇ ਤਾਂ ਹੁਣ ਲੱਠ ਟੱਪੇ ਪਏ ਆ, ਇਹ ਤੇ ਇੱਕ ਘਟਨਾ, ਇੱਥੇ ਨਿੱਤ ਦਿਹਾੜੇ ਕੋਈ ਨਾ ਕੋਈ ਐਸੀ ਖਬਰ ਆ ਜਾਂਦੀ ਹੈ।
ਇੱਥੇ ਮਾਝੇ ਦੇ ਵਿੱਚ ਵਾਲੀਬਾਲ ਤੋਂ ਗੋਲੀ ਚੱਲੀ, ਵਾਲੀਬਾਲ ਖੇਡਦੇ ਮੁੰਡੇ ਲੜੇ, ਇਹ ਕਬੱਡੀ ਵਾਲੇ ਲੜੇ, 7-8 ਦਿਨ ਪਹਿਲਾਂ ਦੀ ਲੜਾਈ ਸੀ, ਫਿਰ ਮੁੜ ਕੇ ਰਾਜੀ ਬੰਦਾ ਕਰਨ ਵਾਸਤੇ ਯਤਨਸ਼ੀਲਤਾ ਹੋ ਰਹੀ ਸੀ, ਪਰ ਬਾਵਜੂਦ ਇਸ ਤੇ ਗੱਡੀਆਂ ਭਰ ਕੇ ਕਿਸੇ ਦੇ ਘਰ ਤੇ ਹਮਲਾ ਕਰ ਦਿੰਦੇ ਨੇ। ਇਹ ਬੜੀ ਮਾੜੀ ਗੱਲ ਹੈ। ਚਲੋ ਹੁਣ ਪਿੰਡ ਪੈ ਗਿਆ, ਮੁੜ ਕੇ ਅੱਗੇ ਫਿਰਨੀ ਬੰਦ ਸੀ, ਤੇ ਜਦੋਂ ਮੁੜੇ ਤੇ ਉਹਨਾਂ ਨੇ ਘੇਰ ਲਿਆ। ਹੁਣ ਤੁਸੀਂ ਇਹ ਦੇਖੋ, ਜਦੋਂ ਪਿੰਡ ਪੈਂਦਾ ਇੱਟ ਵੱਟਾ ਹੀ ਚੱਲ ਜਾਵੇ, ਕੋਈ ਇਹ ਹੀ ਮਰ ਜਾਣ ਇਹਨਾਂ ਚ ਹਮਲਾਵਰ ਮਰ ਕੇ। ਫਿਰ ਮਾਂ ਦੇ ਪੁੱਤ ਤੇ ਬਰਾਬਰ ਹੀ ਆ ਨਾ, ਚਾਹੇ ਕੋਈ ਵੀ ਆ। ਸੋ ਇਹ ਹੁਣ ਸ਼ਰਮਨਾਕ ਸਥਿਤੀ ਹੈ ਸਾਡੇ ਵਾਸਤੇ। ਤੇ ਉਹ ਗੱਲਾਂ ਗਈਆਂ ਕਿ ਜਦੋਂ ਦੁਸ਼ਮਣੀਆਂ ਖੇਡਾਂ ਚ ਜਾ ਕੇ ਮੁੱਕ ਜਾਂਦੀਆਂ ਸੀ, ਹੁਣ ਖੇਡਾਂ ਚ ਦੁਸ਼ਮਣੀਆਂ ਪੈਣੀਆਂ। ਬਿਲਕੁਲ ਬਿਲਕੁਲ, ਮੈਂ ਬਿਲਕੁਲ ਤੁਹਾਡੇ ਨਾਲ ਸਹਿਮਤ ਹਾਂ। ਬਹੁਤ ਗਲਤ ਦਿਸ਼ਾ ਵੱਲ ਜਾ ਰਹੇ ਹਾਂ, ਸਾਨੂੰ ਵੇਖਣਾ ਪਏਗਾ। ਜੇ ਅਸੀਂ ਬੱਚਾ ਸਪੋਰਟਸ ਚ ਪਾਉਣਾ ਹੈ ਤਾਂ ਫਿਰ ਘੱਟੋ ਘੱਟ ਸਾਨੂੰ ਸਪੋਰਟਸ ਦੀ ਇੱਕ ਸਪਿਰਿਟ ਜਿਹੜੀ ਹੁੰਦੀ ਆ ਉਹਨੂੰ ਸਮਝਾਉਣੀ ਪਏਗੀ। ਖੇਡਣਾ ਇੱਕ ਆਰਟ ਹੈ ਜੀ, ਉਹ ਕਦੇ ਵੀ ਸਿੱਖ ਲਓ। ਬਿਲਕੁਲ ਬਿਲਕੁਲ, ਖੇਡਣਾ ਇੱਕ ਆਰਟ ਆ। ਮੇਰਾ ਦੋਸਤ ਆ, ਮੇਰਾ ਤੋਂ ਸੀਨੀਅਰ ਸੀਗਾ, 52 ਦੀ ਉਮਰ ਚ ਵੀ ਕਬੱਡੀ ਖੇਡਦਾ, 52 ਦੀ ਉਮਰ ਚ ਕਬੱਡੀ ਖੇਡਦਾ, ਉਹਦਾ ਆਰਟ ਸੀਗਾ। ਸਾਡੇ ਤੋਂ ਵੱਡਾ ਸੀ ਥੋੜਾ ਜਿਹਾ, ਅਸੀਂ ਛੱਡ ਛੱਡ ਆ ਗਿਆ। ਉਹ ਅੱਜ ਵੀ ਬੜੇ ਵੱਡੇ ਮੈਚ ਖੇਡਦਾ। ਉਹ ਆਰਟ ਹੈ, ਉਹਨੂੰ ਜਦੋਂ ਮਰਜ਼ੀ ਸਿੱਖ ਲਓ। 36 ਉਮਰ ਚ ਵੀ ਸਿੱਖ ਸਕਦੇ ਹੋ, 44 ਉਮਰ ਚ ਵੀ ਸਿੱਖ ਸਕਦੇ ਹੋ, ਉਹ ਆਰਟ ਹੈ। ਉਹਦੇ ਚ ਕੋਈ ਚੱਕਰ ਨੀ ਹੈ। ਜਿਵੇਂ ਮਿਊਜ਼ਿਕ ਜਦੋਂ ਮਰਜ਼ੀ ਸਿੱਖ ਲਓ। ਕਿੰਨੇ ਕਲਾਕਾਰ ਨੇ ਜਿਹਨਾਂ ਨੇ 30-40 ਵਾਲੇ ਫੇਸ ਚ ਆ ਕੇ ਆਪਣਾ ਮਿਊਜ਼ਿਕ ਦਾ ਕਰੀਅਰ ਸ਼ੁਰੂ ਕੀਤਾ, ਪਛਾ ਗਿਆ ਉਹ। ਸੋ ਕਹਿਣ ਦਾ ਮਤਲਬ ਇਹ ਆ ਕਿ ਆਰਟ ਦੇ ਨਾਲ ਨਾਲ ਤੁਹਾਨੂੰ ਇਹ ਵੀ ਸਿੱਖਣਾ ਪਏਗਾ ਨਾ। ਬਿਲਕੁਲ ਬਿਲਕੁਲ, ਕਿ ਖੇਡ ਦੀ ਸਪਿਰਿਟ ਕੀ ਹੈ, ਸਪਿਰਿਟ ਕੀ ਹੈ, ਕਿੱਦਾਂ ਖੇਡਣਾ। ਜੀ ਜੀ, ਸਪਿਰਿਟ ਜਿਹੜੀ ਤੁਹਾਨੂੰ ਇਹ ਵੀ ਸਿਖਾਉਣਾ ਪਏਗਾ ਕਿ ਖੇਡਾਂ ਚ ਕੀ ਹੁੰਦਾ, ਕੋਈ ਵਾਧ ਘੱਟ ਹੋ ਜਾਂਦੀ ਹੈ, ਕਈ ਵਾਰ ਗਰਾਊਂਡ ਚ ਕਿਉਂਕਿ ਤਲਕੀ ਹੋਣੀ ਹੈ, ਹਰੇਕ ਬੰਦੇ ਨੇ ਜ਼ੋਰ ਲਾਉਣਾ ਹੈ। ਜਦੋਂ ਜ਼ੋਰ ਭਿੜਦੇ ਆ ਤਾਂ ਫਿਰ ਜੋਸ਼ ਵੀ ਭਿੜਦੇ ਆ। ਸਪਿਰਿਟ ਹੀ ਤਾਂ ਸਭ ਤੋਂ ਵੱਡੀ ਗੱਲ, ਜਦੋਂ ਜੋਸ਼ ਭਿੜਦੇ ਆ ਉਦੋਂ ਹੋਸ਼ ਵੀ ਭਿੜਦੇ ਆ। ਉਹ ਹੋਸ਼ ਦਾ ਜਿਹੜਾ ਪੇੜ ਹੈ ਉਹ ਇੱਥੋਂ ਤੱਕ ਨਹੀਂ ਜਾਣਾ ਚਾਹੀਦਾ। ਮਾੜੀ ਗੱਲ ਆ, ਬਦਕਿਸਮਤੀ ਵਾਲੀ ਗੱਲ ਆ, ਤੇ ਕਹਿ ਲਓ ਕਿ ਸ਼ਰਮ ਵਾਲੀ ਗੱਲ। ਬਿਲਕੁਲ ਜੀ, ਉਹ ਆਪਣਾ ਖਬਰ ਸਾਂਝੀ ਕੀਤੀ ਹੈ ਹੋਰ ਥਾਵਾਂ ਦੇ ਉੱਤੇ। ਪੁਰਾਣੇ ਸਮੇਂ ਦੇ ਵਿੱਚ ਕੱਲ੍ਹ ਮੈਂ ਇੱਕ ਆਰਟੀਕਲ ਸਾਂਝਾ ਕੀਤਾ ਸੀ, ਉਹਦੇ ਵਿੱਚ ਨਾ ਪੁਰਾਣਾ ਜਦੋਂ ਮੀਂਹ ਪੈਣੇ ਉਸ ਵਕਤ ਜਦੋਂ ਝੜੀਆਂ ਲੱਗਣੀਆਂ, ਹਾਂਜੀ, ਮਕਾਨ ਚੋਣੇ, ਛੱਤਾਂ ਚੋਣੀਆਂ, ਰੋਟੀਆਂ ਕਿਵੇਂ ਪੱਕਣੀਆਂ, ਮਤਲਬ ਸਾਰਾ ਕੁਝ ਇੱਕ ਬੜਾ ਮਤਲਬ ਸਾਡਾ 30-40 ਸਾਲ ਪਹਿਲਾਂ ਦਾ ਪੰਜਾਬ ਜਿਹੜਾ ਸੀਗਾ ਕਿ ਮੀਂਹ ਕਿਵੇਂ ਪੈਂਦੇ ਸੀ। ਅੱਜ ਉਹਦੇ 'ਚ ਇੱਕ ਲਫਜ਼ ਲਾਈਨ ਲਿਖੀ ਸੀ ਲੇਖਕ ਨੇ ਕਿ ਮੀਂਹ ਤੋਂ ਬਾਅਦ ਗਡੋਏ ਨਿਕਲਣੇ ਨਾ, ਹਾਂਜੀ, ਅਤੇ ਨਿਕਲਣੇ ਬਣਾ ਮੂੰਹੀ ਡੱਡੂ ਨਿਕਲਣੇ, ਗਡੋਏ ਨਿਕਲਣੇ, ਹੈ ਨਾ। ਅਤੇ ਉਹ ਲਿਖਦਾ ਕਿ ਗਡੋਏ ਜਦੋਂ ਨਿਕਲਣੇ ਤਾਂ ਜੁੱਤੀ ਲਾ ਕੇ ਹੱਥ 'ਚ ਫੜ ਲੈਣੀ ਕਿ ਗਡੋਆ ਮਾਰਨਾ ਜਾਵੇ, ਹਾਂਜੀ, ਵੀ ਪੈਰ ਵੀ ਰੱਖਣ ਨੂੰ ਦਿਲ ਨਾ ਕਰਨਾ ਵੀ ਮਾਰਨਾ ਜਾਵੇ। ਪਰ ਉਹਨਾਂ ਗਡੋਇਆਂ ਨੂੰ ਹੀ ਫੜ ਕੇ ਮੱਛੀਆਂ ਫੜਨ ਦਾ ਵੀ ਕੰਮ ਕਈ ਲੋਕ ਕਰਦੇ ਰਹੇ। ਪਰ ਇਹ ਨਹੀਂ ਕਿ ਉਹਦਾ ਕਹਿਣ ਤੋਂ ਭਾਵ ਇਹ ਹੈ ਕਿ ਗਡੋਏ ਬੰਦੇ ਮਰਦੇ ਨਹੀਂ। ਵੇਖੋ, ਜਦੋਂ ਲੰਘਦੀ ਜਾਨਵਰ 'ਚ ਬੱਸ ਲੰਘਦੀ ਹੈ, ਸਕੂਟਰ ਲੰਘਦਾ, ਕੋਈ ਸਾਈਕਲ ਲੰਘਦਾ ਜਾਂ ਗੱਡਾ ਲੰਘਦਾ, ਥੱਲੇ ਕਈ ਕੁਝ ਆਉਂਦਾ ਮਰਦਾ, ਪਰ ਉਹ ਅਚਨਚੇਤ ਹੁੰਦਾ, ਜਾਣ ਬੁੱਝ ਕੇ ਕਹਿੰਦਾ ਕਿ ਗਡੋਆ ਵੀ ਨਾ ਮਰੇ। ਪਰ ਇੱਥੇ ਮੈਂ ਕੱਲ੍ਹ ਦਾ ਹੀ ਸੋਚ ਰਿਹਾ ਸੀ ਕਿ ਬੰਦਾ ਮਾਰ ਲੱਗਿਆ ਮਿੰਟ ਲਾਉਂਦੇ ਆ, ਮਿੰਟ ਲਾਉਂਦੇ ਆ। ਆਪਾਂ ਵੀ ਪਿੰਡਾਂ 'ਚੋਂ ਆਏ ਹਾਂ, ਉੱਥੇ ਹਾਕੀ ਦੇ ਟੂਰਨਾਮੈਂਟ ਹੁੰਦੇ ਸੀ, ਕਬੱਡੀ ਦੇ ਟੂਰਨਾਮੈਂਟ ਹੁੰਦੇ ਸੀ, ਫੁੱਟਬਾਲ ਦੇ ਟੂਰਨਾਮੈਂਟ ਹੁੰਦੇ ਸੀ, ਦੋਨਾਂ ਪਾਸੇ ਖਿਡਾਰੀਆਂ ਨੂੰ ਹੌਸਲਾ ਅਫਜ਼ਾਈ ਕਰਨ ਵਾਸਤੇ ਉਹਨਾਂ ਦੇ ਚਾਹੁਣ ਵਾਲੇ ਬੈਠੇ ਸੀ। ਕਿਤੇ ਕਿਤੇ ਤੂੰ ਤੂੰ ਮੈਂ ਵੀ ਹੁੰਦੀ ਸੀ, ਪਰ ਉਹ ਬਸ ਉੱਥੋਂ ਤੱਕ ਰਹਿੰਦੀ ਸੀ, ਚੱਲ ਕੋਈ ਨਹੀਂ ਹੁਣ ਅਗਲੀ ਕਬੱਡੀ ਵੇਖਦੇ ਹਾਂ। ਇੱਥੋਂ ਤੱਕ ਜਿਹੜੀ ਤੁਸੀਂ ਗੱਲ ਕਹਿ ਕੇ ਹੜੀ ਹੈ ਕਿ ਉੱਥੇ ਖਤਮ ਹੋ ਜਾਂਦੀ ਸੀ ਗੱਲ, ਪਰ ਹੁਣ ਤਾਂ ਮਾੜੀ ਜਿਹੀ ਗੱਲ ਕਰੋ ਅਤੇ ਉਹ ਤਾਂ 10 ਜਾਣੇ 100 ਜੇ 10 ਲੈ ਕੇ ਅਗਲਾ 20 ਲੈ ਕੇ ਉਹਦੇ ਘਰ 'ਤੇ, ਇਹ ਨਹੀਂ ਵੇਖਦੇ ਘਰੇ ਬਜ਼ੁਰਗ ਮਾਂ ਵਾ, ਪਿਓ ਵਾ, ਭੈਣ ਆ, ਕੋਈ ਬਿਮਾਰ ਆ, ਸ਼ਮਾਰ ਆ, ਕੋਈ ਵਿਆਹ ਸ਼ਾਦੀ, ਚੱਲ ਮੇਰੇ ਭਾਈ ਤਾਂ ਬਾਬ ਬੋਲ ਦਿੰਦੇ ਨੇ। ਇਹੀ ਲੋਕ ਟਰੈਕਟਰਾਂ ਦੇ ਮੁਕਾਬਲੇ ਕਰਾਉਂਦੇ ਨੇ, ਇਹੀ ਲੋਕ ਕੁੱਕੜਾਂ ਦੇ ਮੁਕਾਬਲੇ ਕਰਾਉਂਦੇ ਨੇ, ਕੁੱਤਿਆਂ ਦੇ ਮੁਕਾਬਲੇ ਵੀ ਕਰਾਉਂਦੇ ਨੇ, ਹੋਰ ਜਾਨਵਰਾਂ ਦੇ ਮੁਕਾਬਲੇ ਕਰਾਉਂਦੇ ਨੇ। ਕਦੀ ਉਹ ਜਾਨਵਰ ਹਰਨ ਤੋਂ ਬਾਅਦ ਆਪਣੇ ਬਾਕੀ ਦੇ ਸਾਥੀਆਂ ਨੂੰ ਲੈ ਕੇ ਇੱਕ ਝੁੰਡ ਬਣਾ ਕੇ ਜਾਂਦਾ ਕਿ ਯਾਰ ਉਸਨੇ ਮੈਨੂੰ ਢਾਲਿਆ, ਉਹ ਆਓ ਜਾ ਕੇ ਵੇਖੀਏ, ਉੱਥੋਂ ਹੀ ਸਿੱਖ ਲਈਏ ਕੁਝ। ਅਸੀਂ ਕਿੰਨੇ ਦਰਿੰਦੇ ਹੋ ਗਏ, ਹੈ ਨਾ, ਕਿੰਨਾ ਦਰਿੰਦਾਪਣ ਸਾਡੇ ਦੇ ਵਿੱਚ ਆ ਗਿਆ ਹੈ। ਤਾਂ ਪਹਿਲਾਂ ਤੋਂ ਹੀ ਪੁਰਾਤਨ ਸਮੇਂ ਦੇ ਵਿੱਚ ਲੜਾਈਆਂ ਹੁੰਦੀਆਂ ਸੀ, ਸੂਰਜ ਛਿਪ ਜਾਂਦਾ ਸੀ ਅਤੇ ਲੜਾਈ ਬੰਦ ਹੋ ਜਾਂਦੀ ਸੀ, ਕਾਇਦੇ ਸੀ ਕੁਝ। ਹੁਣ ਤਾਂ ਸਦਾ ਹੀ ਸੂਰਜ ਚੜਿਆ ਰਹਿੰਦਾ। ਖੈਰ, 9058131320, 9058131320। ਮੰਤਰੀ ਕਹਿੰਦੇ ਆ ਜਨਾਬ ਕਿ ਇਸ ਦਫ਼ਤਰ ਨਾਲ ਨਹੀਂ ਸਰਨਾ, ਅਸੀਂ ਮੰਤਰੀ ਹਾਂ। ਕੀ ਕਹਿਣਾ ਚਾਹੋਗੇ? ਬਿਲਕੁਲ ਜੀ, ਜਿੱਦਾਂ ਕਰੀਏ ਕਿ
ਮੰਤਰੀਆਂ ਦੀਆਂ ਵੀ ਜ਼ਰੂਰਤਾਂ ਜਿਹੜੀਆਂ ਹੁੰਦੀਆਂ ਨੇ ਉਹ ਕਈ ਵਾਰ ਵੱਧ ਜਾਂਦੀਆਂ, ਜਿਵੇਂ ਸਾਡੀਆਂ ਫੈਮਿਲੀ ਜਦੋਂ ਅਸੀਂ ਸਿੰਗਲ ਹੁੰਦੇ ਹਾਂ ਕੁਛ ਹੋਰ ਕਿਸਮ ਦੀਆਂ, ਜਦੋਂ ਅਸੀਂ ਮਿੰਗਲ ਹੋ ਜਾਂਦੇ ਹਾਂ ਕੁਛ ਹੋਰ ਕਿਸਮ ਦੀਆਂ, ਤੇ ਜਦੋਂ ਅਸੀਂ ਟ੍ਰਿੰਗਲ ਹੋ ਜਾਂਦੇ ਹਾਂ ਮਤਲਬ ਕਿ ਤਿੰਨ ਹੋ ਜਾਂਦੇ ਹਾਂ ਉਦੋਂ ਵੱਖਰੀ ਕਿਸਮ ਦੀਆਂ ਹੁੰਦੀਆਂ ਨੇ। ਇਹ ਜਿਹੜੇ ਮੰਤਰੀ ਸਾਹਿਬ ਨੇ, ਸਿਹਤ ਮੰਤਰੀ ਸਾਹਿਬ ਨੇ, ਮਾਨਯੋਗ ਨੇ, ਬੜੇ ਅੱਛੇ ਨੇ, ਇਹ ਉਹ ਲੋਕ ਨੇ ਜਿਹੜੇ ਮਜ਼ਦੂਰੀ ਕਰਦੇ ਰਹੇ ਨੇ, ਜਿਨ੍ਹਾਂ ਨੇ ਸਾਊਥ ਕੋਰੀਆ ਚ ਮਜ਼ਦੂਰੀ ਕੀਤੀ ਹੈ। ਚੇਤਨ ਸਿੰਘ ਜੌੜਾ ਮਾਜਰਾ ਮੇਰੀ ਮੁਰਾਦ ਹੈ। ਤਾਂ ਹੁਣ ਇਹ ਕਹਿੰਦੇ ਆ ਕਿ ਦੇਖੋ ਜੀ ਦਫ਼ਤਰ ਬੜਾ ਛੋਟਾ ਹੈ, ਮਤਲਬ ਕਿ ਜਿਹੜਾ ਮੇਰਾ ਦਫ਼ਤਰ ਬੜਾ ਛੋਟਾ ਹੈ ਇਹਨੂੰ ਥੋੜਾ ਵੱਡਾ ਕਰ ਦਿਓ। ਸੈਕਟਰੀਏਟ ਦੇ ਪੰਜਵੇਂ ਫਲੋਰ ਤੇ ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਅਲੋਟਮੈਂਟ ਹੋਈ ਆ, ਤੇ ਇਹ ਕਹਿੰਦੇ ਆ ਕਿ ਉਹ ਬੜਾ ਆਕਾਰ ਦੇ ਵਿੱਚ ਬੜਾ ਨਿੱਕਾ ਹੈ ਤੇ ਉਹਨੂੰ ਥੋੜਾ ਜਿਹਾ ਵੱਡਾ ਕਰ ਦਿਓ, ਮਤਲਬ ਕਿ ਕਰ ਦਿਓ ਕੋਈ 5-7 ਹਜ਼ਾਰ ਗਜ ਦਾ ਕਰ ਦਿਓ, ਤਾਂ ਕਿ ਮੰਤਰੀ ਸਾਹਿਬ ਦਾ ਜੀ ਲੱਗਾ ਰਹੇ। ਨਹੀਂ ਤੇ ਪਹਾੜ ਤੇ ਬਣਾ ਦਿਓ, ਪਰ ਸ਼ਿਵਾਲਿਕ ਪਹਾੜੀਆਂ ਬਈਆਂ ਨੂੰ ਉਹਦੇ ਉੱਤੇ ਗੱਡ ਕੇ ਸ਼ਮਿਆਨਾ, ਅੱਛਾ ਨਾਲੇ ਕੰਮ ਕਰੀ ਚੱਲੋ ਨਾਲੇ ਠੰਡੀ ਹਵਾ ਲਈ ਚੱਲੋ। 5 ਸਾਲ ਇਸੇ ਹੀ ਦਫ਼ਤਰ ਦੇ ਵਿੱਚ ਅੱਗੇਲੇ ਸਿਹਤ ਮੰਤਰੀ ਬੈਠੇ ਰਹੇ ਨੇ। ਬ੍ਰਹਮਿੰਦਰਾ ਦਾ ਵੀ ਦਫ਼ਤਰ ਇਹੋ ਸੀਗਾ, ਅੱਛਾ ਖਾਸਾ ਦਫ਼ਤਰ ਆ, ਸਾਰੀਆਂ ਸਹੂਲਤਾਂ ਦੇ ਨਾਲ, ਲਗਜ਼ਰੀ ਸਹੂਲਤਾਂ ਦੇ ਨਾਲ, ਵਿੱਚ ਕਮਰਾ ਵੀ ਬਣਿਆ ਹੋਇਆ, ਅਲੱਗ ਅਲੱਗ ਬੰਦਿਆਂ ਨਾਲ ਗੱਲ ਕਰਨ ਲਈ ਉਹ ਵੀ ਸਿਸਟਮ ਹੈ, ਸਟਾਫ ਲਈ ਬੈਠਣ ਵਾਸਤੇ ਅਲੱਗ ਸਿਸਟਮ ਹੈ। ਦੱਸੋ ਕੀ ਚਾਹੀਦਾ, ਤੁਸੀਂ 4 ਘੰਟੇ ਜਾਂ 5 ਘੰਟੇ, 5 ਐਵਰੇਜ 4 ਘੰਟੇ ਵੀ ਨੀ ਬਹਿੰਦੇ ਫੈਕਟਰੀਏਟ ਦੇ ਵਿੱਚ। ਚਲੋ ਤੁਸੀਂ ਬਹਿਣਾ ਕਿਤੇ, ਇੱਕ ਪਾਸੇ ਰੋਈ ਜਾਂਦੇ ਹੋ ਕਿ ਕਰਜ਼ਾ ਬੜਾ ਚੜਿਆ, ਦਫ਼ਤਰ ਐਵੇਂ ਬਣ ਜਾਏਗਾ, ਇਹਨੂੰ ਇਹਨੂੰ ਪਹਿਲਾਂ ਮਤਲਬ ਕਿ ਮਿੱਟੀ ਕਰੋਗੇ, ਫਿਰ ਉਹਨੂੰ ਵਧਾਓਗੇ, ਉਹਦੇ ਚ ਨਵਾਂ ਫਰਨੀਚਰ ਸੈੱਟ ਕਰੋਗੇ, ਰੰਗ ਰੰਗਈਆ ਕਰੋਗੇ। ਤੇ ਗੱਲ ਇਹ ਆ ਕਿ ਜੇ ਇਸ ਤਰ੍ਹਾਂ ਮਤਲਬ ਪੁੱਛਿਆ ਜਾਵੇ ਤੇ ਕਹਿਣਗੇ ਕਿ ਅਸੀਂ ਤੇ ਬੜੇ ਛੋਟੇ ਘਰਾਂ ਚੋਂ ਆਏ ਹਾਂ, ਤੇ ਛੋਟੇ ਘਰਾਂ ਚੋਂ ਆਇਆ ਤਾਂ ਉੱਥੇ ਪੱਲੀ ਵਿਛਾ ਕੇ ਵੀ ਸਰ ਜਾਂਦਾ ਦੂਰ, ਸਾਡੇ ਅੱਗੇ ਅੱਜ ਵੀ ਚੱਪਲਾਂ ਚ ਤੁਰੇ ਫਿਰਦੇ ਨੇ ਆਪਦੇ ਸ਼ਹਿਰ। ਬਿਲਕੁਲ ਬਿਲਕੁਲ ਬਿਲਕੁਲ, ਕਿਉਂਕਿ ਅਸੀਂ ਉਮਰ ਹੀ ਚੱਪਲਾਂ ਚ ਕੱਟੀ ਹੈ। ਮੇਰਾ ਬੇਟਾ ਸਵਾਲ ਕਰਦਾ ਕਿ ਬਾਬਾ ਤੂੰ ਚੱਪਲਾਂ ਚ, ਤੂੰ ਤਾਂ ਲੋਅਰ ਚ ਚਲੇ ਜਾਂਦਾ ਸ਼ਹਿਰ। ਮੈਂ ਕਹਿੰਦਾ ਨਹੀਂ, ਮੇਰੀ ਤਾਂ ਜ਼ਿੰਦਗੀ ਏਦਾਂ ਕੱਟੀ ਹੈ, ਬਿਲਕੁਲ ਬਿਲਕੁਲ, ਮੈਂ ਕੰਫਰਟੇਬਲ ਮਹਿਸੂਸ ਕਰਦਾ। ਸੋ ਕਹਿਣ ਦਾ ਮਤਲਬ ਇਹ ਹੈ ਕਿ ਜੇ ਛੋਟੇ ਘਰਾਂ ਚੋਂ ਆਏ ਆ ਨਾ, ਤਾਂ ਸਾਦਗੀ ਵੱਡੀ ਹੋਣੀ ਚਾਹੀਦੀ ਫਿਰ ਤੇ ਸਾਡੇ, ਤੇ ਤੁਸੀਂ ਤੁਸੀਂ ਤੇ ਜਿਹੜਾ ਦਫ਼ਤਰ ਚੱਲਦਾ ਆ ਰਿਹਾ ਉਹਨੂੰ ਵੀ ਕਹਿ ਰਹੇ ਹੋ ਕਿ ਯਾਰ ਛੋਟਾ, ਤਾਂ ਹੀ ਕਿਹਾ ਕਿ ਫੈਕਟਰੀਏਟ ਅੱਧਾ ਦੇ ਦਿਓ ਇਹਨਾਂ ਦਾ, ਬਿਲਕੁਲ, ਜਾਂ ਉਹ ਪਹਾੜਾਂ ਤੇ ਲਾ ਦਿਓ ਸ਼ਮਿਆਨਾ ਨਾਲ। ਸਾਡੇ ਨਾਲ 2 ਕਾਲਰ ਨੇ, ਦੇਖਦੇ ਹਾਂ ਕੀ ਕਹਿਣਾ ਚਾਹੁੰਦੇ ਨੇ, ਪਰੰਤੂ ਉਸ ਤੋਂ ਪਹਿਲਾਂ ਮੇਰੇ ਇੱਕ ਸਤਿਕਾਰਯੋਗ ਸਾਡੇ ਚੋਣ ਵਾਲਿਆਂ ਦੇ ਵਿੱਚ ਸਾਡੇ ਇੱਕ ਦਰਸ਼ਕ ਨੇ ਜਾਂ ਸਰੋਤੇ ਨੇ, ਬਈ ਆਈ ਡੀ ਭੇਜੀ ਯਾਰ ਅਗਲਾ ਪੰਜਾਬ ਦੀ ਰਿਕਾਰਡ ਕਰਕੇ, ਉਹਨਾਂ ਨੇ ਕਹਿੰਦੇ ਇੱਦਾਂ ਦੀ ਆਈ ਡੀ ਬਣਾਓ ਚਾਵਲਾ ਜੀ, ਅਤੇ ਆਪਾਂ ਸੁਣ ਲੈਂਦੇ ਹਾਂ ਜੀ, ਤੁਹਾਨੂੰ ਵੀ ਸੁਣਾਉਂਦੇ ਹਾਂ, ਫਿਰ ਉਸ ਤੋਂ ਬਾਅਦ ਆਪਾਂ ਕਾਲ ਲਵਾਂਗੇ, ਸਮਝ ਲਓ ਕਿ ਇੱਕ ਕਿਸਮ ਦੀ ਬ੍ਰੇਕ ਹੈ। ਇਹ ਹੈ ਰੰਗਲਾ ਪੰਜਾਬ, ਤੁਸੀਂ ਦੇਖ ਤੇ ਸੁਣ ਰਹੇ ਹੋ ਤਾਜ਼ੀਆਂ ਤਿੱਖੀਆਂ ਖਬਰਾਂ, ਪੰਜਾਬ ਤੋਂ ਰਿਪੋਰਟਰਾਂ ਨਾਲ ਸਿੱਧੀ ਗੱਲਬਾਤ, ਸੰਗੀਤ ਤੋਂ ਇਲਾਵਾ ਪਾਏਦਾਰ ਆਰਟੀਕਲ, ਪੇਸ਼ਕਸ਼ ਚਾਵਲਾ ਨਿਊਜ਼ ਨੈਟਵਰਕ CNN ਟੋਰਾਂਟੋ। ਵਾਓ, ਕੀ ਬਾਤ ਹੈ, ਨਾਮ ਵੀ ਬਾਈ ਦਾ ਦੇਖ ਲਈਏ ਜੀ, ਕੀ ਆ। ਸਤਿ ਸ਼੍ਰੀ ਅਕਾਲ ਜੀ, ਮੇਰੇ ਵੱਲੋਂ ਸੈਂਪਲ ਹੈ, ਆਈ ਡੀ ਬਣਾ ਦਿਓ, ਅਤੇ ਨਾਮ ਬਾਈ ਜੀ, ਨਾ ਜਾ ਕਿੱਥੋਂ ਲੱਭਾ ਹੁਣ ਮੈਂ, ਇੱਥੋਂ ਦੇਖਦਾ ਸ਼ਾਇਦ ਨਾ ਵੀ ਬੋਲ ਦਈਏ, ਬਾਈ ਜੀ ਨਾਂ ਵੀ ਲੈ ਕੇ ਭੇਜੋ ਆਪਣਾ 2458। ਥੈਂਕ ਯੂ ਵੈਰੀ ਮੱਚ। ਹਾਂਜੀ ਮਿੰਟੂ ਜੀ, ਕਿਵੇਂ ਲੱਗੀ? ਮਗਰ ਮਿਊਜ਼ਿਕ ਪਾ ਕੇ ਤੇ ਬਸ ਇਸੇ ਨੂੰ ਸੈੱਟ ਕਰ ਦਿੰਦੇ ਆ, ਕੋਈ ਗੱਲ ਨੀ, ਤੁਹਾਨੂੰ ਸਟੂਡੀਓ ਸੱਦਾਂਗੇ ਤੇ ਇਸ ਮਾਈਕ ਤੇ ਤੁਹਾਡੇ ਕੋਲ ਰਿਕਾਰਡ ਕਰਵਾਵਾਂਗੇ, ਕਿਸੇ ਦਿਨ ਆ ਜਾਓ ਤੇ ਨਾਲੇ ਸਟੂਡੀਓ ਦੇਖਿਓ ਤੇ ਨਾਲੇ ਰਿਕਾਰਡ ਕਰਕੇ ਜਾਇਓ, ਤੇ ਫਿਰ ਆਪਾਂ ਇਹਨੂੰ ਹੀ, ਤੁਹਾਡੀ ਆਵਾਜ਼ ਹੀ ਗੂੰਜੇਗੀ ਹੁਣ, ਤੁਹਾਡਾ ਆਪਣਾ ਪ੍ਰੋਗਰਾਮ। ਹਾਂਜੀ ਵੈਲਕਮ ਜੀ। ਹਾਂਜੀ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਕੀ ਹਾਲ ਜੀ? ਹਾਂਜੀ ਠੀਕ, ਚਾਵਲਾ ਜੀ ਜੀ, ਆਈਡੀ ਜਿਹੜੀ ਸੁਣਾਈ ਉਹਦਾ ਕਸੂਰਵਾਰ ਮੈਂ ਹੀ ਆ। ਅੱਛਾ ਜੀ, ਠੀਕ ਠੀਕ ਹੈ, ਤੁਸੀਂ ਭੇਜੀ ਆ? ਹਾਂਜੀ ਤੁਸੀਂ ਭੇਜੀ ਬਣਾ ਕੇ? ਹਾਂਜੀ ਹਾਂਜੀ, ਮਿਹਰਬਾਨੀ, ਸੋ ਨਾਈਸ ਸਰ, ਲਵ ਯੂ, ਥੈਂਕ ਯੂ। ਅੱਛਾ ਮੇਰਾ ਸਵਾਲ ਮਿੰਟੂ ਜੀ, ਸਤਿ ਸ਼੍ਰੀ ਅਕਾਲ, ਬੜੀ ਦੇਰ ਬਾਅਦ ਮੈਂ ਕਾਲ ਕਰ ਰਿਹਾ ਵੈਸੇ ਜੀ। ਸਤਿ ਸ਼੍ਰੀ ਅਕਾਲ ਸਰ। ਹਾਂਜੀ, ਤੇ ਸਵਾਲ ਮੇਰੇ 2 ਨੇ, ਇੱਕ ਤਾਂ ਮੈਂ ਤੁਹਾਤੋਂ ਥੋੜਾ ਜਿਹਾ ਜਾਣਕਾਰੀ ਲੈਣੀ ਚਾਹੁੰਦਾ ਵੀ ਜਿਹੜਾ ਆਪਣਾ
ਜਿੱਦਾਂ ਕੋਈ ਰਿਮਾਂਡ ਆਪਾਂ ਪੁਲਿਸ ਰਿਮਾਂਡ ਜਿਹਨੂੰ ਕਹਿੰਦੇ ਹਾਂ, ਜਿੱਦਾਂ ਹੁਣ ਚਲੋ ਪਤਾ ਹੀ ਆ ਵੀ ਆ ਗੈਂਗਸਟਰਾਂ ਦੇ ਰਿਮਾਂਡ ਚੱਲ ਰਹੇ ਨੇ, ਤੇ ਇਹਦੀ ਕੋਈ ਲਿਮਿਟ ਹੈ ਕਿ ਕੋਈ ਜਦੋਂ ਮਰਜ਼ੀ ਮਤਲਬ ਲਗਾਤਾਰ, ਇਹ ਕੋਈ ਹਿਊਮਨ ਰਾਈਟ ਜਾਂ ਕੁਛ ਇਹਦੇ 'ਚ ਹੈ ਨਹੀਂ, ਜਾਂ ਸੁਪਰੀਮ ਕੋਰਟ ਵੱਲੋਂ ਕੋਈ ਹੈ ਨਹੀਂ ਵੀ ਇਹ ਇੰਨਾ ਲੰਮਾ ਟਾਈਮ ਤੁਸੀਂ ਬਾਰ ਬਾਰ ਦੇਈ ਜਾ ਰਹੇ ਹੋ, ਮਤਲਬ ਇਹਦੇ 'ਚ ਕੋਈ, ਮੈਂ ਚਾਹੁੰਦਾ ਵੀ ਦੇਖੋ ਸਾਰਿਆਂ ਦੇ ਹੱਕ ਆ, ਅਸੀਂ ਚਾਹੁੰਦੇ ਹਾਂ ਵੀ ਜਿਹੜੇ ਬੰਦਿਆਂ ਨੇ ਕੋਈ ਗਲਤ ਕੰਮ ਕਰਦਾ ਉਹਦੇ ਵੀ ਹੱਕ ਹੁੰਦੇ ਆ, ਪਰ ਉਹਨਾਂ ਨੂੰ ਸਜ਼ਾ ਤਾਂ ਮਿਲਣੀ ਚਾਹੀਦੀ ਆ, ਪਰ ਅਸੀਂ ਚਾਹੁੰਦੇ ਹਾਂ ਵੀ ਇਹ ਮਤਲਬ ਕਿ ਮੈਂ ਇਹਦੇ ਬਾਰੇ ਪੁੱਛਣਾ ਚਾਹੁੰਦਾ, ਮੈਨੂੰ ਵੈਸੇ ਇੰਟਰਸਟ ਜਿਹਾ ਹੀ ਆ, ਤੇ ਮੇਰਾ ਉਹ ਇੱਕ ਕੇਸ ਚ ਨੀ ਵੀ ਉਹ ਤਿੰਨ ਤਿੰਨ ਮਹੀਨੇ ਤੁਰੇ ਜਾਣੇ ਆ, ਇਹਨਾਂ ਦੇ ਜਿਹੜੇ ਦੂਸਰੇ ਕੇਸ ਹੁੰਦੇ ਆ ਉਹ ਉਹਨਾਂ ਚ ਪਾ ਲੈਂਦੇ ਆ, ਕਿਹਦੇ ਚ ਚਾਹੀਦਾ, ਤੇ ਰਿਮਾਂਡ ਇੱਕ ਪ੍ਰਕਿਰਿਆ ਉਹਦੇ ਚ ਕੋਰਟ ਆਪ ਹੀ ਤੈਅ ਕਰਦਾ, ਕੋਰਟ ਮਤਲਬ ਕਿ ਇਹ ਨਹੀਂ ਹੈ ਕਿ ਕੋਈ ਜ਼ਿਆਦਾ ਇੰਟਰਫੇਰੈਂਸ ਕਰੇਗਾ, ਇੰਟਰਫੇਰੈਂਸ ਇਸ ਕਰਕੇ ਨਹੀਂ ਹੁੰਦੀ ਕਿਉਂਕਿ ਕੋਰਟ ਨੇ ਦੇਖਣਾ ਹੁੰਦਾ ਕਿ ਹਾਂ ਹੁਣ ਪੁਲਿਸ ਕਸਟਡੀ ਜ਼ਰੂਰਤ ਵਾਲੀ ਹੈ ਜਾਂ ਨਹੀਂ, ਜਦੋਂ ਸਮਝਦੇ ਕਿ ਗੈਰ ਜ਼ਰੂਰੀ ਆ ਉਦੋਂ ਰਿਮਾਂਡ ਖਤਮ ਕਰ ਦਿੰਦੇ ਆ, ਪਰ ਪੁਲਿਸ ਕੋਲ ਬੜੇ ਰਸਤੇ ਹੁੰਦੇ ਆ, ਉਹ ਇੱਕ ਦੇ ਵਿੱਚ 8-10 ਦਿਨ ਰਿਮਾਂਡ ਲੈਣ ਤੋਂ ਬਾਅਦ ਫਿਰ ਦੂਸਰੇ ਚ ਪਾ ਦੇਣਗੇ। ਮੈਂ ਇਸੇ ਮੰਚ ਤੇ ਕਿਹਾ ਸੀਗਾ ਕਿ ਲਾਰੈਂਸ ਨੂੰ ਛੇਤੀ ਕੀਤਾ ਜਾਣ ਨਹੀਂ ਦੇਣਗੇ ਪੰਜਾਬ ਚ, ਕਿਉਂਕਿ ਉਹਦੇ ਖਿਲਾਫ਼ ਇੰਨੇ ਮਾਮਲੇ ਨੇ ਕਿ ਉਹ ਇੱਕ ਚ ਰਿਮਾਂਡ ਕੱਟੇਗਾ ਤਾਂ ਦੂਸਰੇ ਚੋਂ ਪਾ ਲੈਣਗੇ, ਦੂਸਰੇ ਚੋਂ ਕੱਟੇਗਾ ਤੀਸਰੇ ਚ ਪਾ ਲੈਣਗੇ। ਜਿਹੜੀ ਪਨਿਸ਼ਮੈਂਟ ਆ ਕਿਸੇ ਨੂੰ ਤਸੀਹੇ ਆਪਾਂ ਦੇਣੇ ਆ ਕਿਸੇ ਨੂੰ, ਉਹਦੀ ਕੋਈ ਲਿਮਿਟ ਵੀ ਹੁੰਦੀ ਆ ਕਿ ਉਹ ਉਹਦਾ ਇਹ ਪਰਸੈਪਸ਼ਨ ਜਿਹੜੀ ਆ ਉਹ ਠੀਕ ਕਰਕੇ ਦੇਵਾਂ ਕਿ ਰਿਮਾਂਡ ਚ ਜ਼ਰੂਰੀ ਨਹੀਂ ਹੁੰਦਾ ਕਿ ਉਹ ਕੁੱਟੀ ਜਾਂਦੇ ਨੇ ਹਰ ਟਾਈਮ 24 ਘੰਟੇ। ਰਿਮਾਂਡ ਨੂੰ ਹਵਾ ਬਣਾਇਆ, ਫਰਜ਼ ਕਰੋ ਇੱਥੇ ਕਿਸੇ ਤੇ ਕਿਲੋ ਭੁੱਖੀ ਦਾ ਕੇਸ ਪੈ ਗਿਆ ਤੇ ਪੁਲਿਸ ਨੇ ਕਿਹਾ ਕਿ ਅਸੀਂ ਫਲਾਣੇ ਥਾਂ ਤੇ ਨਾਕਾ ਲਾਇਆ ਸੀ, ਸੰਗਰੀਆ ਰੋਡ ਤੇ ਨਾਕਾ ਲਾਇਆ ਸੀਗਾ, ਲੰਬੀ ਦੀ ਪੁਲਿਸ ਹੈ ਤੇ ਉਹ ਫੜ ਕੇ ਲੈ ਗਈ, ਉਹਨਾਂ ਕਿਹਾ ਜੀ ਰਾਜਸਥਾਨ ਚੋਂ ਆਇਆ ਬੰਦਾ। ਤਾਂ ਹੁਣ ਜੇ ਉਹ ਰਿਮਾਂਡ ਨਹੀਂ ਮੰਗਣਗੇ ਤੇ ਜੱਜ ਕਹੇਗਾ ਕਿ ਤੁਸੀਂ ਤਾਂ ਫੜ ਕੇ ਬੰਦਾ ਮੇਰੇ ਕੋਲ ਲਿਆ, ਇਹਦੇ ਕੋਲ ਪੁੱਛਗਿੱਛ ਕਦੋਂ ਕੀਤੀ ਹੈ ਤੇ ਤੁਹਾਨੂੰ ਕਦੋਂ ਪਤਾ ਲੱਗ ਗਿਆ ਕਿ ਇਹ ਰਾਜਸਥਾਨ ਚ ਕਿਹਦੇ ਤੋਂ ਲੈ ਕੇ ਆਇਆ, ਕਹਾਣੀ ਕੀ ਬਣੇਗੀ। ਉਹ ਕਹਿਣਗੇ ਕਿ ਹਾਂਜੀ ਪਹਿਲਾਂ ਹੀ ਕਹਿਣਗੇ ਕਿ ਇੱਕਦਮ ਦਾ ਸਾਨੂੰ ਰਿਮਾਂਡ ਦਿਓ ਤਾਂ ਕਿ ਅਸੀਂ ਪੁੱਛਗਿੱਛ ਕਰ ਲਈਏ ਕਿ ਕਿਹੜੇ ਬੰਦੇ ਤੋਂ ਲੈ ਕੇ ਆਇਆ। ਸੋ ਇਸ ਕਰਕੇ ਰਿਮਾਂਡ ਫਾਰਮੈਲਿਟੀ ਵੀ ਹੈ, ਇਹ ਨਹੀਂ ਹੈ ਕਿ ਰਿਮਾਂਡ ਚ ਸਦਾ ਤੁਹਾਨੂੰ ਕੁੱਟੀ ਜਾਣਗੇ। ਹਾਂ ਇੰਟਰੋਗੇਸ਼ਨ ਹੁੰਦੀ ਆ, ਕੁੱਟਦੇ ਵੀ ਆ, ਨਾਲੇ ਉਹ ਸਮਾਂ ਕਿ ਕੁੱਟਦੇ ਨਹੀਂ ਹੁੰਦੇ, ਨਾਲੇ ਵੀਰ ਜੀ ਉਹ ਸਮਾਂ ਬਦਲ ਗਿਆ। 24 ਘੰਟੇ ਜੇ ਰਿਮਾਂਡ ਮਹੀਨਾ ਤੇ ਮਹੀਨਾ ਉਹ ਡੰਡਾ ਫੜ ਕੇ ਉੱਤੇ ਖਲੋਤੇ ਤਾਂ ਹੋਰ ਮੈਂ ਪੁੱਛਣਾ ਚਾਹਦਾ ਜੀ। ਜੀ ਪੁੱਛੋ। ਮਿੰਦੂ ਜੀ ਮੈਂ ਇਹ ਕਹਿਣਾ ਚਾਹੁੰਦਾ ਕਿ ਵੀ ਜਿੱਦਾਂ ਹੁਣ ਪੰਜਾਬ ਦੇ ਵਿੱਚ ਆਪਾਂ ਪਹਿਲਾਂ ਵੀ ਇੱਕ ਵਾਰੀ ਗੱਲ ਕੀਤੀ ਸੀ ਵੀ ਇਹਦਾ ਗਰੁੱਪ ਬਣਦੇ ਨੇ, ਫਿਰ ਉਹ ਤੋਂ ਬਾਅਦ ਕੋਈ ਵਾਰਦਾਤਾਂ ਹੋ ਜਾਂਦੀਆਂ, ਫਿਰ ਉਹ ਗੈਂਗਸਟਰ ਬਣ ਜਾਂਦੇ ਆ। ਇਹ ਸ਼ੁਰੂ ਹੁੰਦਾ ਆ ਸਾਰੇ ਜਿਹੜੇ ਇਲੈਕਸ਼ਨ ਹੁੰਦੇ ਆ ਯੂਨੀਵਰਸਿਟੀਆਂ ਦੇ ਕਾਲਜਾਂ ਦੇ ਵਿੱਚ, ਜੇ ਇਹਨਾਂ ਦੀ ਕੋਈ ਇਲੈਕਸ਼ਨ ਕਰਕੇ ਤੇ ਕਮੇਟੀਆਂ ਇਹਨਾਂ ਦੀਆਂ ਆਹ ਬਣਾਉਣੀਆਂ, ਇਹ ਕੋਈ ਜ਼ਰੂਰੀ ਆ ਜੋ ਪੜ੍ਹਨ ਜਾਂਦੇ ਆ? ਇਹ ਬਿਲਕੁਲ ਉੱਥੇ ਕੋਈ ਇਹਨਾਂ ਦੀਆਂ ਹੋਣੀਆਂ ਨਹੀਂ ਚਾਹੀਦੀਆਂ। ਜਿਹੜਾ ਮੁਖਤਾਰ ਅਨਸਾਰੀ ਹੈ, ਮੁਖਤਾਰ ਅਨਸਾਰੀ ਹਾਮਦ ਅਨਸਾਰੀ ਦਾ ਭਤੀਜਾ ਹੈ, ਉਸਮਾਨ ਅਨਸਾਰੀ ਦਾ ਦੋਹਤਾ ਹੈ ਤੇ ਕਾਂਗਰਸ ਦੇ ਕਿਸੇ ਸਮੇਂ ਦੇ ਪ੍ਰੈਜ਼ੀਡੈਂਟ ਦਾ ਪੁੱਤਰ ਹੈ, ਇੱਕ ਲੈਫਟਿਸਟ ਬੰਦੇ ਦਾ ਬੇਟਾ ਹੈ। ਇੰਨੀ ਸਰਮਾਏਦਾਰੀ ਸੀ ਕਿ ਗੱਲ ਹੀ ਛੱਡੋ, ਆਪ ਨੈਸ਼ਨਲ ਲੈਵਲ ਦਾ ਸ਼ੂਟਰ ਹੈ, ਬੇਟਾ ਉਹਦਾ ਇੰਟਰਨੈਸ਼ਨਲ ਲੈਵਲ ਦਾ ਸ਼ੂਟਰ ਹੈ। ਤਾਂ ਉਹ ਜਾਂਦਾ, ਉਹ ਕਿਸੇ ਇਲੈਕਸ਼ਨ ਕਰਕੇ ਨਹੀਂ ਗਿਆ, ਉਹਦਾ ਆਪਣਾ ਸ਼ੌਂਕ ਸੀਗਾ ਤੇ ਉਹਨੇ ਮਊ ਇਲਾਕੇ ਦੇ ਵਿੱਚ 1986-87 ਚ ਕੰਮ ਕਰਨੇ ਸਟਾਰਟ ਕਰ ਦਿੱਤੇ। ਸਾਰਿਆਂ ਨੂੰ ਮੇਰਾ ਹਮੇਸ਼ਾ ਯਤਨ ਰਹਿੰਦਾ ਕਿ ਜਦੋਂ ਅਸੀਂ ਸਮੁੱਚਤਾ ਚ ਲੈ ਜਾਂਦੇ ਹਾਂ ਕਿ ਉਹਦਾ ਨਖੇੜਾ ਕਰਕੇ ਰੱਖੀਏ। ਹਰੇਕ ਗੈਂਗਸਟਰ ਦੀ ਅਲੱਗ ਅਲੱਗ ਕਹਾਣੀ ਹੈ, ਕੋਈ ਇਸ ਤਰ੍ਹਾਂ ਆ ਸਕਦੇ ਆ ਇਸ ਧਾਰਾ ਚ ਵੀ ਆਏ ਹੋਣ, ਚੋਣ ਵਾਲੀ ਧਾਰਾ ਚ ਵੀ ਆਏ ਹੋਣ, ਬਹੁਤ ਸਾਰੇ ਤਾਂ ਇਹੋ ਜਿਹੇ ਜਿਹੜੇ ਯੂਨੀਵਰਸਿਟੀਆਂ ਤੱਕ ਕਦੇ ਪਹੁੰਚੇ ਨੀ, ਕਾਲਜਾਂ ਤੱਕ ਪਹੁੰਚੇ ਨੀ। ਜੀ 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 ਪਰ ਉਹਨਾਂ ਨੂੰ ਸ਼ੈ ਜਿਹੜੀ ਆ ਉਸ ਵਕਤ ਜਿਹੜੇ ਯੂਨੀਵਰਸਿਟੀ ਕਾਲਜਾਂ ਦੇ ਵਿੱਚ ਜਿਹੜੇ ਪ੍ਰਧਾਨ ਬਣਦੇ ਨੇ, ਵਿਸ਼ਾ ਜੀ ਉਹ ਅਲੱਗ ਵਿਸ਼ਾ। ਮੈਂ ਇਸ ਚੀਜ਼ ਨੂੰ ਕਰੈਕਟ ਕੀਤਾ ਕਿ ਹਰੇਕ ਬੰਦਾ ਚੋਣਾਂ ਦੀ ਧਾਰਾ ਚੋਂ ਨਹੀਂ ਨਿਕਲਦਾ। ਜੀ ਜੀ ਸਰਕਮਸਟਾਂਸਸ ਹਰੇਕ ਦੀ ਜ਼ਿੰਦਗੀ ਦੇ ਵੱਖਰੇ ਹੁੰਦੇ ਨੇ, ਹਰੇਕ ਦੀ ਜ਼ਿੰਦਗੀ ਦੇ ਕਾਰਕ ਵੱਖਰੇ ਹੁੰਦੇ ਨੇ ਕ੍ਰਾਈਮ ਦੀ ਦੁਨੀਆ 'ਚ। ਜੀ 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 ਤੁਸੀਂ ਇੱਕ ਫਿਲਮ ਦੇਖਿਓ ਪਾਂਦੀ ਸੀ ਨਾ ਮਿੰਦੂ ਜੀ, ਜਿਹਦੇ ਵਿੱਚ ਤੁਹਾਡੇ ਵਾਲੇ ਫਿਲਮ ਤੁਹਾਡੇ ਵਾਲੀ ਸਟੋਰੀ ਤੇ ਜਿਹੜੇ ਮੁੰਡੇ ਨੇ ਹੀਰੋ ਦਾ ਕੰਮ ਕੀਤਾ, ਉਹ ਇੱਕ ਗੈਂਗਸਟਰ ਵਾਲੀ ਜਦੋਂ ਗੈਂਗਸਟਰ ਕਿਵੇਂ ਬਣਦਾ ਉਹ, ਹਨਾ। ਅੱਛਾ ਗੱਲ ਚੱਲੀ ਆ ਇਹੀ ਤੇ ਹੁਣ ਆਪਾਂ ਅਗਲਾ ਕੁਐਸਚਨ ਮਿੰਟੂ ਜੀ ਬੜਾ ਅਹਿਮ ਹੈ,
पहला तो ता धन्यवाद जी, तुम सू आई डी बना के भेजी है, बहुत बहुत थैंक यू, सो नाइस ऑफ यू, थैंक यू। मूसेवाला मामला जोड़ा है वो वेखो खंसरी जे मतलब जे जे मेरे ने मतलब जे खुलासे हो रहे हैं वो पता लगा कि जे मूसेवाला मामले के अगे भी खड़े सन शूटर, जे इतों जेकर बच गया किसी तिकड़ा निकल गया तो उदो अगे भी एक टीम खड़ोती सी। हैरान करता है कि मूसे वाले दे मतलब कि जिथे ये सारा कुछ होया उदे अगले पासे भी बंदे खलोते सन, ये बड़ी हैरानगी वाली गल है। ऐसी एक प्लानिंग दे नाल खलोते सीगे कि जे मान लो फर्ज करो मूसे वाला उतो निकल जाता किसी तरह बच बचा के, क्योंकि उसकी ड्राइविंग स्किल अच्छी सी, उसके कोल वैपन भी सीगा, गड्डी भी अच्छी होंगी है यहोजे बंदे कोल, कि जे वो निकल जाता खुदा ना खासता मतलब कि इदा हुंदा वो सोचते हैं कि फिर असी की करते तो साढ़े कोल प्लान बी की होएगा, तो वो दसते हैं कि अगे अगे उत्थे खलोते होणगे तो वह फिर चार जने जिहड़े आ वो मार देंगे, तो ऐसी तैयारी सी। हुण इह जिहड़ा खुलासा हो रहा वो हो रहा दाना राम, दाना राम जिहड़ा आ वो मतलब कि राजस्थान पुलिस की कस्टडी च है, हुण पता नहीं जुडिशियल है जां नहीं, उहनूं लैण गई होई आ पंजाब पुलिस। इह दसदे आ कि इह जिहड़ी टोली सीगी उहदे लिंक इधर आ राजस्थान दे नाल, तां मतलब कि प्लैनिंग तुसीं देख सकदे हो कि किन्नी जबरदस्त सी, कि ना सिर्फ गेट तों कि गेट कदों खुलदा, ना सिर्फ गेट तों उह बंदे फॉलो करना स्टार्ट कर दिया, बल्कि जिथे कांड हो गया तो अगे भी बंदे खलोते हैं। हाँ, कि जे ओदी इथों वधी हुई ते अगे जाके उहनूं असीं टक्कर लवांगे, ये सारा कुछ चलदा रहा पंजाब दे विच। हुण कोई जिम्मेवारी च उठेगा नहीं कि इंटेलीजेंस फेलियर है जां लॉ एंड ऑर्डर जिन्हां दे कोल आ ते उहनां दी फेलियर आ, कि ऐसा सारा कुछ ताणा बाणा बुनिया जा रहा एडे वड्डे वड्डे हथियार लैके उत्थे खलोते आ घूम रहे हाईवे ते जां किते भी जरनैली सड़क से वो इस तरह फॉलो कर रहे हैं, शरेआम फायर कर रहे हैं, अगे जाके फिर नाका ला के खलोते आ, फिर वो गड्डिया मतलब कि खोदे भी है, गड्डिया बदलते भी है, कि निकलती है, तो बड़ा वड्डा पार्ट है। पर हैरानगी वाली गल है कि इन्ना कुछ किया जा रहा सीगा तां किसे कोल भी कोई खुफिया इनपुट नहीं पहुंची, ये भी एक वेखण वाली गल है कि 100-150 बंदा लगा हो किसी नैटवर्क च किसी बंदे नूं मारन वास्ते, जेलां चों सारा कुछ चलता हो ते खुफिया कला पंजाब दे कोई सीआईडी महकमे की मैं गल नहीं करता, जो साड़ी देश की इंटेलीजेंसी है तो वेख लो कि किवें फेल कर गई इस मामले, क्योंकि दिल्ली तो राजस्थान तो कई जेलों तो मामला जिहड़ा ना बुनिया जा रहा है, इदा ते किसी हमले नूं वड्डे हमले नूं भी अंजाम दिता जा सकता है। बहुत वेख लो वैल प्लैन दे नाल भी अज जे गेट, मैं रात पढ़ रहा सीगा एक हिंदी दे विच किसी ने भेजिया सी लिंक, लंबा चौड़ा सीगा, शायद तुसीं पढ़िया होगा, बहुत सारे मतलब सोशल नैटवर्क मीडिया के जो तो यहोजा केस हों के गेट अज खुल सकता है, पॉइंट करने वाला नोट है कि खुल सकता, खुलिया कि चिर पहला पता लग गया भी खुलिया, किन्ने किनू फोन किया, काम करने तो बाद फोन किया गया, और जी आ नवा खुलासा होया भी जे इतों गड्डी भजा के समहाउ निकल जाता रहा साडा दा नहीं लगता तो अगले पासे उन्हें घेर लिया जाएगा, किन्नी वैल प्लैंड है, कितना जबरदस्त तुसी जिहड़ा लफज वरत्या कि उन्हां दा प्रोग्राम सीगा भी बचना नहीं चाहिए अज। खैर इहदा पूर्ण खुलासा होवेगा, किस्से तां लिखे जाणगे, कहानियां भी लिखी जाणगियां, रोज़ कोई ना कोई गलबात जिहड़ी है वह आपां करदे रहांगे कि असली मुलजम जिहड़े ने उह कातल जिहड़े ने सलाखां पिछे जाणगे, छोटी छोटी उम्र दे ने, और यह भी है कि मानसे दे विच मैं पढ़ रहा सीगा कि उह रहे ने काफ़ी एक हफ्ता, तो खाण पीन भी पहुँचता रहा, सारी सुख सहूलत पहुँचती रही उन्होंने, प्लस ऑन टॉप एक बंदा आता खाना दे जाता, एक बंदा आता अनपछाता उन्होंने को हथियार लै जाता, हथियार गए कितों आए कितने, एक बड़ी बड़ी गुंझलदार कहानी। बहुत बहुत शुक्रिया, थैंक यू जी, शुक्रिया, सो नाइस साहब। तुसी सुन रहे हो चावला न्यूज़ नेटवर्क टोरंटो, CNN टोरंटो।